ਜਿੱਥੇ ਕਿ ਖਟਕੜ ਕਲਾਂ ਵਿੱਚ ਸੌਂ ਚੁੱਕ ਸਮਾਗਮ ਆ ਉੱਥੇ ਸਾਡੇ ਸਤਿਕਾਰਯੋਗ ਚਰਨਜੀਤ ਊਜਾ ਤੇ ਸਚਿਨ ਊਜਾ ਜੀ ਪਹੁੰਚੇ ਨੇ। ਸਰ ਕੀ ਕਹਿਣਾ ਚਾਹੋਗੇ ਅੱਜ ਖਟਕੜ ਕਲਾਂ ਪਹੁੰਚੇ? ਅੱਜ ਪੰਜਾਬ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਕਿ ਅੱਜ ਸੀਐਮ ਦੀ ਸੌਂ ਚੁੱਕਣ ਜਾ ਰਹੇ ਭਗਵੰਤ ਮਾਨ ਜੀ ਤੇ ਬਹੁਤ ਬਹੁਤ ਮੁਬਾਰਕਾਂ ਔਰ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ। ਪਿਆਰ ਬਹੁਤ ਲੋਕਾਂ ਵੱਲੋਂ ਮਿਲ ਰਿਹਾ ਇੱਥੇ, ਅੱਜ ਬਹੁਤ ਇਕੱਠ ਬਹੁਤ ਹੋ ਰਿਹਾ, ਤੁਸੀਂ ਕੀ ਉਮੀਦ ਰੱਖਦੇ? ਲੋਕਾਂ ਦਾ ਪਿਆਰ ਤਾਂ ਉਦੋਂ ਹੀ ਨਜ਼ਰ ਆ ਗਿਆ ਸੀ ਜਦੋਂ 92 MLA ਜਿਤਾ ਕੇ ਭੇਜਤੇ ਜੀ। ਸੋ ਪਰਮਾਤਮਾ ਪੂਰੇ 5 ਸਾਲ ਇੱਦਾਂ ਦਾ ਪਿਆਰ ਬਣਾਈ ਰੱਖੇ ਜੀ ਜੀ। ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਸਮਾਗਮ ਹੈ ਸੌਂ ਚੁੱਕੇ, ਕੀ ਉਮੀਦਾਂ ਨੇ? ਅਸੀਂ ਬਹੁਤ ਇੱਕ ਤਾਂ ਖੁਸ਼ ਹਾਂ ਔਰ ਬਸ ਇਹੀ ਆਸ ਕਰਦੇ ਹਾਂ ਕਿ ਅੱਜ ਸਹੁੰ ਚੁੱਕਣ ਤੋਂ ਬਾਅਦ ਨਾਲ ਇਸ ਗੱਲ ਦੀ ਵੀ ਸਹੁੰ ਚੁੱਕੀ ਜਾਏਗੀ ਕਿ 5 ਸਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੀ ਜੀ ਜੀ। ਉਸ ਦਿਨ ਵੀ ਗੱਲ ਹੋਈ ਸੀ ਸਰ ਜੀ, ਕਹਿ ਰਹੇ ਸੀ ਮਾਣ ਉਦੋਂ ਹੋਏਗਾ ਮਾਣ ਦੇ ਉੱਤੇ ਜਦੋਂ ਕੰਮ ਕਹੇ ਨੇ ਉਹ ਕਰਨਾ। ਬਿਲਕੁਲ ਬਿਲਕੁਲ, ਔਰ ਸਾਨੂੰ ਪੂਰਾ ਯਕੀਨ ਹੈ ਕਿ ਉਹ ਕੰਮ ਕਰਨਗੇ ਜੀ ਜੀ। ਅੱਜ ਜਿਵੇਂ ਸਭ ਤੋਂ ਅਲੱਗ ਫੈਸਲਾ ਲਿੱਤਾ ਗਿਆ, ਜਿਵੇਂ ਇੱਥੇ ਪਹੁੰਚ ਰਹੇ ਨੇ ਸਾਰੇ, ਵੀ ਸਹੁੰ ਅਲੱਗ ਤਰੀਕੇ ਨਾਲ ਅਲੱਗ ਥਾਂ ਤੇ ਹਾਏ ਵਾਰ ਵਾਂਗੂ ਨਹੀਂ ਚੁੱਕੀ ਜਾ ਰਹੀ। ਇਸ ਮੌਕੇ ਤੇ ਸਰਦਾਰ ਭਗਤ ਸਿੰਘ ਨੂੰ ਯਾਦ ਕਰਨਾ ਮੈਨੂੰ ਲੱਗਦਾ ਹੈ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ, ਕਿਉਂਕਿ ਅਸੀਂ ਜੇ ਆਜ਼ਾਦ ਘੁੰਮ ਰਹੇ ਹਾਂ ਤਾਂ ਸਰਦਾਰ ਭਗਤ ਸਿੰਘ ਦੇ ਕਰਕੇ ਹਾਂ। ਸੋ ਉਹਨਾਂ ਨੂੰ ਸਮਰਪਿਤ ਹੈ ਅੱਜ ਦੇ ਸਮਾਰੋਹ ਪੂਰਾ, ਬਹੁਤ ਖੁਸ਼ੀ ਹੈ ਜੀ, ਬਹੁਤ ਖੁਸ਼ੀ ਹੈ। ਸਰ ਇੱਕ ਜਾਂਦੇ ਮੈਸੇਜ ਕੀ ਦੇਣਾ ਚਾਹੁੰਦੇ ਹੋ? ਸਾਰੇ ਲੋਕ ਬਹੁਤ ਪਹੁੰਚ ਰਹੇ ਨੇ ਅੱਜ। ਮੈਸੇਜ ਇਹੀ ਹੈ ਕਿ ਪਰਮਾਤਮਾ ਭਗਵੰਤ ਮਾਨ ਨੂੰ ਇੰਨੀ ਸ਼ਕਤੀ ਦੇਵੇ ਕਿ ਪੂਰੇ 5 ਸਾਲ ਦਿਨ ਰਾਤ ਪੰਜਾਬ ਦੇ ਲੋਕਾਂ ਦੀ ਸੇਵਾ ਕਰੇ। ਬਹੁਤ ਸ਼ੁਕਰੀਆ ਸਰ। ਸੋ ਚਰਨਜੀਤ ਹੂਜਾ ਜੀ ਤੇ ਸਚਿਨ ਹੂਜਾ ਜੀ ਪਹੁੰਚੇ ਹੋਏ ਸੀ ਭਗਵੰਤ ਸਿੰਘ ਮਾਨ ਦੇ ਸਹੁੰ ਚੁੱਕ ਸਮਾਗਮ ਦੇ ਉੱਤੇ, ਪਰ ਮਾਣ ਉਦੋਂ ਹੋਏਗਾ ਜਦੋਂ ਮਾਨ ਨੇ ਵਾਅਦੇ ਕੀਤੇ ਨੇ ਪੂਰੇ ਹੋਣਗੇ। ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੇ ਕਰ ਰਹੇ ਕੈਮਰੇ ਸਹਿਯੋਗੀ ਸਮੀਰ, ਧੰਨਵਾਦ।